ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦਿ ਜਪੇ ਅਦ ਸੱਚੇ ਜੁਗ ਅਦ ਸੱਚੇ ਹੈ ਪੀ ਸੱਚੇ ਨਾਨਕ ਹੋਸੀ ਪੀ ਸੱਚੇ ਡੰਡਉਤ ਬੰਦਨ ਅਨੁਕ ਬਾਣ ਸਰਬ ਕਲਾ ਸੁਮਰਥੀ ਡੋਲਨ ਤੇ ਰਖੂ ਪ੍ਰਭ ਨਾਨਕ ਦੇ ਕਰ ਅਤ ਡੋਲਨ ਤੇ ਰਖੂ ਪ੍ਰਭ ਨਨਕੀ ਦੇ ਕਰ ਹਥੇ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗ ਜੀਓ ਕੁਛ ਸਮ ਗੁਰੂ ਕੇ ਵਿਚਾਰਾਂ ਆਪ ਜੀ ਨੂੰ ਸਰਵਨ ਕਰਾ ਸਕਾਂ ਉਸ ਤੋਂ ਪਹਿਲੇ ਦਸਮੇ ਪਾਛਾ ਦੀਪਕਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤੀ ਸਨਮਰ ਪ੍ਰਵਾਨ ਕਰਨੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਰਾਤ ਆਪਨੇ ਵਿਚਾਰ ਸਰਵਨ ਕੀਤੇ ਨੇ ਮਨੁੱਖ ਦਾ ਸੁਭਾਅ ਕੁ ਸੈਸਾ ਬਣ ਚੁੱਕਾ ਏ ਹਰ ਵਕਤ ਕੁਛ ਨ ਕੁਛ ਮੰਗਦਾ ਹੀ ਪਿਆ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਕੁਛ ਨਾ ਕੁਛ ਮੰਗ ਰਿਹਾ ਹੈ ਮੰਗ ਤੋਂ ਬਿਨਾ ਇਸ ਦਾ ਇੱਕ ਪਲ ਵੀ ਜੀਣਾ ਮੁਸ਼ਕਲ ਹੈ ਹਵਾ ਤੋਂ ਬਿਨਾ ਮਨੁੱਖ ਜੀ ਸਕਦਾ ਹੈ ਪਾਣੀ ਤੋਂ ਬਿਨਾ ਜੀ ਸਕਦਾ ਹੈ ਰੋਟੀ ਤੋਂ ਬਿਨਾ ਜੀ ਸਕਦਾ ਹੈ ਲੇਕਿਨ ਮੰਗਣ ਤੋਂ ਬਿਨਾ ਮਨੁੱਖ ਦਾ ਜੀਣਾ ਮੁਸ਼ਕਲ ਹੈ ਹਰ ਪਲ ਹਰ ਕੜੀ ਕੋਈ ਨਾ ਕੋਈ ਨਵੀਂ ਮੰਗ ਮਨੁੱਖ ਦੇ ਅੰਦਰ ਚਲਦੀ ਪਈ ਹੈ ਇਸ ਦੀ ਇਸ ਮੰਗ ਨੇ ਬਾਰ ਬਾਰ ਦੇ ਮੰਗਣ ਨੇ ਇਸ ਨੂੰ ਬਿਖਾਰੀ ਬਣਾ ਕੇ ਰੱਖ ਦਿੱਤਾ ਜੋ ਬਾਜ਼ਾਰ ਵਿੱਚ ਮੰਗਦੇ ਪੈ ਨੇ ਉਹ ਬਹੁਤ ਛੋਟੇ ਬਿਖਾਰੀ ਹਨ ਜਿਹਦੇ ਕੋਲ ਸਭ ਕੁਝ ਹੈ ਫਿਰ ਵੀ ਮੰਗਦਾ ਪਿਆ ਉਸ ਤੋਂ ਵੱਡਾ ਕੋਈ ਭਿਖਾਰੀ ਨਹੀਂ ਹੋ ਸਕਦਾ ਸਾਡੇ ਕੋਲ ਸਭ ਕੁਝ ਹੁੰਦਿਆਂ ਸੌਂਦਿਆਂ ਵੀ ਕੁਛ ਨਾ ਕੁਛ ਅੰਦਰ ਮੰਗ ਹਰ ਵਕਤ ਚੱਲਦੀਆਂ ਪਈਆਂ ਨੇ ਮੰਗ ਤੋਂ ਬਿਨਾ ਤੇ ਅਸੀਂ ਨਹੀਂ ਜੀ ਸਕਾਂਗੇ ਇਹ ਬਹੁਤ ਮੁਸ਼ਕਲ ਕੰਮ ਹੈ ਪਰ ਮੰਗਣਾ ਕੀ ਹੈ ਮਨੁੱਖ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਏ ਪਰ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਮੰਗਣਾ ਕੀ ਹੈ ਤੇ ਮੰਗਣਾ ਕਿਦੇ ਕਲੋਂ ਹੈ ਪਹਿਲੇ ਤਾਂ ਇਹ ਸਮਝ ਆਵੇ ਕਿ ਅਸੀਂ ਮੰਗਣਾ ਕਿਦੇ ਕਲੋਂ ਹੋਏ ਫਿਰ ਸਮਝ ਆਵੇ ਕਿ ਮੰਗਣਾ ਕੀ ਹੈ ਫਿਰ ਸਮਝ ਆਵੇ ਕਿ ਮੰਗਣਾ ਕਿਸ ਤਰ੍ਹਾਂ ਹੈ फेर ਸਮਝ ਆਵੇ ਕਿ ਕਿਤਨਾ ਮੰਗਣਾ ਹੈ ਬੜੇ ਸਾਰੇ ਇਹ ਸਬਜੈਕਟ ਨੇ ਮੰਗਣਾ ਕਿਸ ਕਲੋਂ ਹੈ ਅਸੀਂ ਪਹਿਲੇ ਤੇ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਮਾਰੀ ਦੀ ਬਾਣੀ ਕਹਿੰਦੀ ਹੈ ਕਿ ਮਨੁੱਖ ਕੀ ਟੇਕ ਬਿਰਥੀ ਸਬਜਾਨ ਬੰਦਿਆ ਬੰਦੇ ਕਲੋਂ ਕਦੀ ਨਾ ਮੰਗੇ ਤੁਲਸੀ ਦਾਸ ਜੀ ਕਹਿੰਦੇ ਨੇ ਉਹ ਮੌਤੇ ਸੁਖ ਚਾਹਤ ਹੈ ਹਮ ਉਹਤੇ ਸੁਖ ਚਾਹਤ ਹੈ ਉਹ ਮੇਰੇ ਕੋਲੋਂ ਸੁਖ ਮੰਗਦਾ ਹੈ ਮੈਂ ਉਹਦੇ ਕੋਲੋਂ ਸੁਖ ਮੰਗਦਾ ਤੇ ਤੁਲਸੀ ਦਾਸ ਕਹਿੰਦੇ ਅਸੀਂ ਦੋਵੇਂ ਹੀ ਪਾਗਲ ਆ ਦੋਵੇਂ ਹੀ ਮੂਰਖ ਆ ਬੰਦਾ ਬੰਦੇ ਕੋਲੋਂ ਮੰਗਦਾ ਪਿਆ ਮਨੁੱਖ ਕੋਲੋਂ ਅਸੀਂ ਸੁਖ ਚਾਹਨੇ ਆ ਗੁਰਬਾਣੀ ਕਹਿੰਦੀ ਹੈ ਮਨੁੱਖ ਕੋਲ ਸੁੱਖ ਹੈ ਹੀ ਨਹੀਂ ਜੋ ਤੈਨੂੰ ਦੇ ਦੇਵੇ ਜਿਹਦੇ ਕੋਲ ਜੋ ਹੋਵੇ ਉਹੀ ਚੀਜ਼ ਦੇ ਸਕਦਾ ਹੈ ਨਾ ਸਾਨੂੰ ਮੇਰੇ ਕੋਲ ਅਗਰ 100 ਰੁਪਏ ਨੇ ਮੈਂ 100 ਦੇ ਸਕਦਾ ਇਸ ਤੋਂ ਜ਼ਿਆਦਾ ਨਹੀਂ ਦੇ ਸਕਦਾ ਮੈਂ ਜੇ 50 ਹੈ ਤਾਂ 50 ਦਿਆਂਗਾ ਜੋ ਕੁਝ ਮੇਰੇ ਕੋਲ ਹੈ ਮੈਂ ਉਹੀ ਕੁਝ ਦੇ ਸਕਦਾ ਹਾਂ ਮਨੁੱਖ ਦੇ ਕੋਲ ਕੀ ਏ ਗੁਰਬਾਣੀ ਕਹਿੰਦੀ ਏ ਕਿ ਇਸ ਮਨੁੱਖ ਦੇ ਕੋਲ ਸਿਵਾਏ ਦੁੱਖ ਦੇ ਹੋਰ ਕੁਝ ਵੀ ਨਹੀਂ ਹੈ ਦੁੱਖ ਕੀਆ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਜਿਤਨੇ ਮਨੁੱਖ ਬੈਠੇ ਨੇ ਸਭ ਦੁੱਖ ਦੀਆਂ ਪੰਡਾਂ ਨੇ ਜੋ ਜੋ ਦਿੱਸੇ ਸੋ ਸੋ ਰੋਗੀ ਸਭ ਦੁੱਖ ਦੀਆਂ ਪੰਡਾਂ ਨੇ ਜਿਹਦੇ ਕੋਲ ਦੁੱਖ ਹੈ ਉਹ ਦੁੱਖ ਦੇ ਸਕਦਾ ਹੈ ਸੁਖ ਨਹੀਂ ਦੇ ਸਕਦਾ ਪਰ ਮਨੁੱਖ ਦੀ ਇਹ ਮੂਰਖਤਾ ਕਿ ਬੰਦਾ ਬੰਦੇ ਕੋਲੋਂ ਸੁੱਖ ਮੰਗਦਾ ਹੈ ਕਿ ਮੈਨੂੰ ਸੁੱਖ ਮਿਲ ਜਾਏ ਪਰ ਸੁੱਖ ਕਿਸੇ ਕੋਲ ਹੈ ਨਹੀਂ ਇਹ ਦੁੱਖ ਹੈ ਅਗਲੇ ਕੋਲ ਉਹ ਦੁੱਖ ਤੇ ਦੇ ਸਕਦਾ ਹੈ ਸੁੱਖ ਨਹੀਂ ਦੇ ਸਕਦਾ ਹੈ ਤੋਂ ਐਸੇ ਬਹੁਤ ਸਾਰੇ ਮਿਲ ਜਾਂਦੇ ਨੇ ਜਿਹੜੇ ਕਹਿ ਦਿੰਦੇ ਨੇ ਕਿ ਅਸੀਂ ਪ੍ਰਾਖ ਕੋਲੋਂ ਬੜੇ ਦੁਖੀ ਹਾਂ ਤੋਂ ਪ੍ਰਾਖ ਕੀ ਕਰੇ ਵਿਚਾਰਾ ਉਹਦੇ ਕੋਲ ਦੁੱਖ ਹੈ ਉਹਨੇ ਦੁੱਖ ਹੀ ਦੇਣਾ ਮਾਪੇ ਕਹਿ ਦਿੰਦੇ ਨੇ ਅਸੀਂ ਬੱਚਿਆਂ ਕੋਲੋਂ ਬੜੇ ਦੁਖੀ ਆ ਤਾਂ ਬੱਚੇ ਕੀ ਕਰਨ ਉਹਨਾਂ ਕੋਲ ਦੁੱਖ ਹੈ ਤਾਂ ਉਹਨਾਂ ਨੇ ਦੁੱਖ ਦੇਣਾ ਬੱਚੇ ਕਹਿ ਦਿੰਦੇ ਨੇ ਅਸੀਂ ਆਪਣੇ ਮਾਪੇ ਕੋਲੋਂ ਬੜੇ ਦੁਖੀ ਆ ਪਤਨੀ ਕਹਿ ਦਿੰਦੀ ਏ ਪਤੀ ਕੋਲੋਂ ਦੁਖੀ ਆ ਪਤੀ ਕਹਿ ਦਿੰਦਾ ਪਤਨੀ ਕੋਲੋਂ ਦੁਖੀ ਆ ਮਿੱਤਰ ਮਿੱਤਰ ਕੋਲੋਂ ਦੁਖੀ ਏ ਪੜੋਸੀ ਪੜੋਸੀ ਕੋਲੋਂ ਦੁਖੀ ਆ ਜੋ ਕੁਛ ਹੈ ਫਿਰ ਉਹ ਹੀ ਕੁਛ ਦੇਗਾ ਮਨੁੱਖ ਮਨੁੱਖ ਕਲੋ ਸੁਖ ਦੀ ਆਸ ਰੱਖਦਾ ਹੈ ਮਹਾਰਾਜ ਕਹਿੰਦੇ ਨੇ ਇਹ ਮੂਰਖਤਾ ਹੈ ਮੂਰਖਤਾ ਦਾ ਇੱਕ ਵੱਡਾ ਲੱਛਣ ਹੈ ਵਿਅਰਥ ਆਸਾ ਕਿਸੇ ਕਲੋ ਸੁਖ ਦੀ ਆਸ ਰੱਖਣੀ ਇਹ ਮੂਰਖਤਾ ਦਾ ਇੱਕ ਵੱਡਾ ਲੱਛਣ ਹੈ ਕਿਉਂਕਿ ਸੁਖ ਕਿਸੇ ਕੋਲ ਹੈ ਨਹੀਂ ਹੈ ਦੁੱਖ ਹੈ ਤਾਂ ਦੁੱਖ ਦੇਵੇਗਾ ਜਿਹਦੇ ਕੋਲ ਸੁੱਖ ਹੈ ਉਹਦੇ ਕੋਲੋਂ ਅਸੀਂ ਸੁੱਖ ਮੰਗਦੇ ਹੀ ਨਹੀਂ ਹਾਂ ਅਸੀਂ ਮਹਾਰਾਜ ਕਹਿੰਦੇ ਨੇ ਨਾ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਹੈ ਜਿਹਦੇ ਕੋਲ ਸੁੱਖ ਹੈ ਉਹਦੇ ਕੋਲੋਂ ਅਸੀਂ ਸੁੱਖ ਮੰਗਦੇ ਨਹੀਂ ਆ ਜਿਨ੍ਹਾਂ ਕੋਲ ਸੁੱਖ ਹੈ ਨਹੀਂ ਹੈ ਰਾਤ ਦਿਨ ਉਹਨਾਂ ਦੇ ਪਿੱਛੇ ਦੌੜਦੇ ਪਏ ਆ ਸੁੱਖ ਮਿਲ ਜਾਵੇ ਸੁੱਖ ਕਦੀ ਨਹੀਂ ਮਿਲ ਸਕਦਾ ਮਹਾਰਾਜ ਕਹਿੰਦੇ ਨੇ ਮੰਗਣਾ ਹੈ ਤਾਂ ਉਹਦੇ ਕੋਲੋਂ ਮੰਗੋ ਜੋ ਆਦਿਕਾਲ ਤੋਂ ਦাতা ਹੈ ਜੋ ਦਿੰਦਾ ਪਿਆ ਪਹਿਲੀ ਤਾਂ ਇਹ ਗੱਲ ਕਿ ਮਨੁੱਖ ਕੋਲੋਂ ਨਹੀਂ ਮੰਗਣਾ ਹੈ ਦੂਸਰਾ ਮੰਗਣਾ ਕਿਹਦੇ ਕੋਲੋਂ ਹੈ ਵੱਡਾ ਦਾਤਾ ਤਿਲਨਾ ਤੁਮਾਏ ਉਹ ਵੱਡਾ ਦਾਤਾ ਜੋ ਆਦਿਕਾਲ ਤੋਂ ਸੰਸਾਰ ਨੂੰ ਦਿੰਦਾ ਪਿਆ ਉਦੇ ਕਲੋਂ ਮੰਗੋ ਫਿਰ ਜਿਹੜਾ ਵੱਡਾ ਦਾਤਾ ਤਿੱਲ ਨਾ ਤਮਾਏ ਤਿੱਲ ਜਿੰਨੀ ਵੀ ਜੋ ਤਮਾ ਇੱਛਾ ਨਹੀਂ ਰੱਖਦਾ ਵੀ ਮੈਂ ਜੋ ਕੁਝ ਦਿੱਤੈ ਸੰਸਾਰ ਨੂੰ ਉਹਦੇ ਬਦਲੇ ਵਿੱਚ ਮੈਨੂੰ ਕੁਝ ਮਿਲੇ ਅਸੀਂ ਕਿਸੇ ਨੂੰ ਵੀ ਮਦਦ ਕਰੀਏ ਨਾ 100 ਰੁਪਏ ਦੀ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਇਹ ਹਜ਼ਾਰ ਦੀ ਮਦਦ ਮੇਰੀ ਕਰੇ ਅਸੀਂ ਉਮੀਦ ਕਰਦੇ ਹਾਂ ਪਰ ਮਹਾਰਾਜ ਕਹਿੰਦੇ ਨੇ ਕਿ ਨਹੀਂ ਉਸ ਵੱਡੇ ਦਾਤੇ ਕੋਲੋਂ ਮੰਗੋ ਜੋ ਦੇਣ ਤੋਂ ਬਾਅਦ ਕਦੀ ਤਿਲ ਮਾਤਰ ਵੀ ਇੱਛਾ ਨਹੀਂ ਰੱਖਦਾ ਕਿ ਬਦਲੇ ਵਿੱਚ ਮੈਨੂੰ ਕੁਝ ਮਿਲੇ ਫਿਰ ਉਹ ਪ੍ਰਮਾਤਮਾ ਐਸਾ ਦਾਤਾ ਹੈ ਕਿ ਜਿਸ ਨੇ ਵੱਧ ਤੋਂ ਵੱਧ ਸਾਨੂੰ ਦਿੱਤਾ ਹੋਇਆ ਜਿੰਨਾ ਸਾਡਾ ਪਾਂਡਾ ਹੈ ਉਸ ਤੋਂ ਵੱਧ ਉਸਨੇ ਦਾਤ ਸਾਡੀ ਚੋਲੀ ਵਿੱਚ ਪਾਈ ਹੋਈ ਹੈ ਵੱਧ ਤੋਂ ਵੱਧ ਸਾਡੇ ਕੋਲ ਕੋਈ ਮੰਗਣ ਵਾਲਾ ਆ ਜਾਏ ਨਾ ਅਸੀਂ ਉਸ ਨੂੰ ਪਾਂਡਾ ਪਰ ਕੇ ਕਦੀ ਨਹੀਂ ਦਿੰਦੇ ਹਾਂ ਸਾਡੀ ਇਤਨੀ ਹਸਰਤ ਨਹੀਂ ਹੁੰਦੀ ਹੈ ਸਾਡੀ ਇਤਨੀ ਅਵਸਥਾ ਹੀ ਨਹੀਂ ਹੁੰਦੀ ਹੈ ਲੇਕਿਨ ਪ੍ਰਮਾਤਮਾ ਇਸ ਐਸਾ ਦਾਤਾ ਹੈ ਜਿਸ ਨੇ ਸਭ ਕੁਝ ਬਹੁਤੋ ਬਹੁਤ ਉਪਾਇਆ ਵੱਧ ਤੋਂ ਵੱਧ ਉਸ ਨੇ ਸਾਡੀ ਚੋਲੀ ਵਿੱਚ ਪਾਇਆ ਹੋਇਆ ਹੈ ਜਿਆਦਾ ਤੋਂ ਜਿਆਦਾ ਪੰਤ ਰਤਨ ਗਿਆਨੀ ਸੰਸ ਸਿੰਘ ਜੀ ਮਕਸੀਨ ਸਾਹਿਬ ਜੀ ਜੋ ਸਰਬ ਗੁਣ ਸੰਪੰਨ ਸਨ ਜਿੱਥੇ ਉਹ ਇੱਕ ਅੱਛੇ ਕਥਾਵਾਚਕ ਸਨ ਬਹੁਤ ਅੱਛੇ ਕਵੀ ਵੀ ਸਨ ਜਿੱਥੇ ਉਹ ਬਹੁਤ ਅੱਛੇ ਕਵੀ ਸਨ ਲਿਖਾਰੀ ਵੀ ਬਹੁਤ ਅੱਛੇ ਸਨ ਜਿੱਥੇ ਉਹ ਲਿਖਾਰੀ ਬਹੁਤ ਅੱਛੇ ਸਨ ਉਹਨਾਂ ਦਾ ਆਪਣਾ ਜੀਵਨ ਬੜਾ ਉੱਚਾ ਸੀ ਬਹੁਤ ਉੱਚਾ ਮੈਨੂੰ ਯਾਦ ਦੇ ਕੋਟੇ ਵਿੱਚ ਕਈ ਵਾਰੀ ਉਹਨਾਂ ਨੇ ਹਾਜ਼ਰੀ ਭਰੀ ਹੈ ਕਈ ਵਾਰ ਤੇ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਨਾ ਉਹ ਦਾਸ ਦੇ ਮਿੱਤਰ ਸੱਜਣ ਨੇ ਉਹ ਜਦ ਵੀ ਮਿਲਦੇ ਨੇ ਨਾ ਤਾਂ ਇੱਕੋ ਹੀ ਗੱਲ ਕਹਿੰਦੇ ਨੇ ਗਿਆਨੀ ਜੀ ਅਸੀਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ ਕਿ ਮਸਕੀਨ ਜੀ ਨੂੰ ਜਦੋਂ ਅਸੀਂ ਪੁੱਛਣਾ ਨਾ ਵੀ ਕਿਤਨੀ ਭੇਟਾ ਦੇਣੀ ਹੈ ਤੋ ਪੁੱਛਦੇ ਸਨ ਵੀ ਤੁਹਾਡਾ ਟਾਰਗੇਟ ਕਿਤਨਾ ਹੈ ਤੁਸੀਂ ਕਿਤਨੀ ਮਾਇਆ ਇਕੱਠੀ ਕੀਤੀ ਹੈ ਉਹ ਦੱਸੋ ਸਾਨੂੰ ਜਿਤਨੀ ਉਹ ਮਾਇਆ ਦੱਸਦੇ ਨੇ ਉਹ ਸਾਰੀ ਮਾਇਆ ਨੂੰ ਜਥਿਆਂ ਦੇ ਵਿੱਚ ਡਿਵਾਈਡ ਕਰ ਦਿੰਦੇ ਸਨ ਵੰਡ ਦਿੰਦੇ ਸਨ ਪੂਰੀ ਲਿਸਟ ਬਣਾ ਕੇ ਰਾਗੀਆਂ ਤੋਂ ਲੈ ਕੇ ਸੇਵਾਦਾਰ ਤੱਕ ਸਾਰਿਆਂ ਦੇ ਨਾਮ ਵਿੱਚ ਪਾ ਕੇ ਅੱਗੇ ਪੇਟਾ ਲਿਖ ਦਿੰਦੇ ਸਨ ਤੇ ਜਦ ਪ੍ਰਬੰਧਕਾਂ ਨੇ ਦੇਖਣਾ ਤਾਂ ਉਹਨਾਂ ਕਹਿਣਾ ਮਸਕੀਨ ਜੀ ਤੁਸੀਂ ਆਪਣਾ ਨਾਮ ਨਹੀਂ ਲਿਖਿਆ ਤਾਂ ਪਤਨ ਮਸਕੀਨ ਜੀ ਕੀ ਕਹਿੰਦੇ ਸਨ ਜੇ ਕੁਝ ਹੈ ਤਾਂ ਮੈਨੂੰ ਦੇ ਦਿਓ ਨਾਮ ਲਿਖਣ ਦੀ ਕੋਈ ਲੋੜ ਨਹੀਂ ਆਪਣਾ ਨਾਮ ਵੀ ਲਿਸਟ ਵਿੱਚ ਨਹੀਂ ਸੰਖਿਪਤ ਮੰਗਣੋ ਤੇ ਬੜੀ ਦੂਰ ਦੀ ਗੱਲ ਐ ਪ੍ਰਬੰਧਕ ਕਹਿੰਦੇ ਨੇ ਅਸੀਂ ਹੱਥ ਜੋੜ ਜੋੜ ਕੇ ਪੁੱਛਣਾ ਵੀ ਕੁਝ ਤੇ ਦੱਸੋ ਵੀ ਕਿੰਨੀ ਸੇਵਾ ਕਰੀਏ ਤੇ ਮਸਕੀਨ ਜੀ ਨੇ ਕਹਿਣਾ ਵੀ ਜੇ ਕੁਝ ਹੈ ਤਾਂ ਠੀਕ ਐ ਨਹੀਂ ਹੈ ਤਾਂ ਵੀ ਠੀਕ ਐ ਫਿਰ ਵੀ ਸ਼ੁਕਰਾਨਾ ਕਿਉਂਕਿ ਵਿਸ਼ਵਾਸ ਸੀ ਉਹਨਾਂ ਦਾ ਕਿ ਗੁਰਨਾਨਕ ਮੇਰੀ ਝੋਲੀ ਪਰ ਹੀ ਦਿੰਦਾ ਉਹਨਾਂ ਨੇ ਇੱਕ ਰੁਬਾਈ ਲਿਖੀ ਐ ਮੈਂ ਰੁਬਾਈ ਆਪ ਜੀ ਨੂੰ ਸਰਵਨ ਕਰਾਨਾ ਮਸਕੀਨ ਸਭ ਜੀ ਕਹਿੰਦੇ ਨੇ ਕਿ ਖੁਦਾ ਪਰਮਾਤਮਾ ਵੱਧ ਤੋਂ ਵੱਧ ਸਾਨੂੰ ਦਿੰਦਾ ਹੈ ਉਹ ਕੱਟ ਨਹੀਂ ਦਿੰਦਾ ਮਸਕੀਨ ਜੀ ਲਿਖਦੇ ਨੇ ਕਹਿੰਦੇ ਨੇ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਇਆ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਇਆ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਇਆ ਮੈਂ ਤਾਂ ਇੱਕ ਬੂੰਦ ਮੰਗੀ ਸੀ ਤੇਰੇ ਕੋਲੋਂ ਤੇ ਤੂੰ ਸਾਰਾ ਸਾਗਰ ਹੀ ਮੇਰੀ ਚੋਲੀ ਦੇ ਵਿੱਚ ਪਾ ਦਿੱਤਾ ਮੈਂ ਮੰਗਾ ਹਨੇਰੇ ਵਿੱਚ ਜੀਵਨ ਦੀ ਜੋਤੀ ਲੱਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ ਮਸਕੀਨ ਸਾਹਿਬ ਜੀ ਦੀ ਰੁਬਾਈ ਮਸਕੀਨ ਜੀ ਕਹਿੰਦੇ ਨੇ ਜਿੰਨੀ ਮੇਰੀ ਝੋਲੀ ਨਹੀਂ ਹੈ ਉਸ ਤੋਂ ਜ਼ਿਆਦਾ ਦਾਤਾ ਨਿਰੰਕਾਰ ਨੇ ਮੇਰੀ ਝੋਲੀ ਵਿੱਚ ਪਾ ਦਿੱਤੀਆਂ ਨੇ ਜ਼ਿਆਦਾ ਕਟ ਨਹੀਂ ਹੈ ਇਸ ਵਸਤੇ ਮਸਕੀਨ ਜੀ ਨੇ ساری ਜ਼ਿੰਦਗੀ ਕਿਸੇ ਮਨੁੱਖ ਕੋਲੋਂ ਨਹੀਂ ਮੰਗਿਆ ਅਗਰ ਮੰਗਿਆ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਕੋਲੋਂ ਮੰਗਿਆ ਹੈ ਬਸ ਹੋਰ ਕਿਸੇ ਕੋਲੋਂ ਨਹੀਂ ਮੰਗਿਆ ਮਸਕੀਨ ਜੀ ਦੀ ਇਹ ਘਟਨਾ ਅਜਮੇਰ ਦੇ ਵਿੱਚ ਬਤੌਰ ਕਥਾਵਾਚਕ ਪਹਿਲੀ ਵਾਰ ਮਸਕੀਨ ਜੀ ਜਦੋਂ ਘਰੋਂ ਨਿਕਲੇਨ ਕਥਾਵਾਚਕ ਬਣ ਕੇ ਅਜ਼ਮੇਰ ਦੇ ਵਿੱਚ ਗੁਰਦੁਆਰਾ ਹੈ ਹਾਥੀ ਬਾਟਾ ਉਸ ਜਗ੍ਹਾ ਦਾ ਨਾਮ ਹੈ ਉੱਥੇ ਉਹਨਾਂ ਨੇ ਪਹਿਲੀ ਵਾਰ ਬਤੌਰ ਕਥਾਵਾਚਕ ਜਦੋਂ ਨਿਕਲੇ ਨੇ ਉੱਥੇ ਕਥਾ ਕੀਤੀ ਹੈ ਬਾਬਾ ਬਲਵੰਤ ਸਿੰਘ ਜੀ ਨਿਰਮਲੇ ਅਕਸਰ ਉਹਨਾਂ ਦੇ ਨਾਲ 7-8 ਸਾਲ ਤੱਕ ਵਿਦਿਆ ਹਾਸਲ ਕੀਤੀ ਉਹਨਾਂ ਨੇ ਬਾਬਾ ਬਲਵੰਤ ਸਿੰਘ ਜੀ ਤੇ ਮਸਕੀਨ ਸਾਹਿਬ ਜੀ ਅਜਮੇਰ ਵਿੱਚ ਗਏ ਸਨ ਉੱਥੇ ਔਰਸ ਸੀ ਖਵਾਜਾ ਮੋਇਨਉਦੀਨ ਚਿਸਤੀ ਜੀ ਦਾ ਤਾਂ ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਚਲੋ ਆਪਾਂ ਦੇਖ ਕੇ ਆਈਏ ਮੁਸਲਮ ਲੋਗ ਕੀ ਕਰਦੇ ਨੇ ਉੱਥੇ ਬੜਾ ਵੱਡਾ ਔਰਸ ਹੁੰਦਾ ਹੈ ਲੱਖਾਂ ਯਾਤਰੀ ਪਹੁੰਚਦੇ ਨੇ ਬਾਬਾ ਬਲਵੰਤ ਸਿੰਘ ਜੀ ਜਦੋਂ ਕੁਝਾ ਮੁਇਨੁद्दीन ਚਿਸਤੀ ਦੀ ਦਰਗਾਹ ਦੇਖ ਕੇ ਜਦੋਂ ਬਾਹਰ ਨਿਕਲੇ ਨਾ ਤਾਂ ਪਿੱਛੋਂ ਇੱਕ ਫਕੀਰ ਨੇ ਆਵਾਜ਼ ਮਾਰੀ ਇੱਕ ਫਕੀਰ ਨੇ ਕਹਿੰਦਾ ਅੱਠ ਆਣੇ ਦੇ ਮੈਂ ਰੋਟੀ ਖਾਣੀ ਹੈ ਅੱਠ ਆਣੇ ਦੇ ਕਹਿੰਦੇ ਨੇ ਬਾਬਾ ਬਲਵੰਤ ਸਿੰਘ ਜੀ ਨੇ ਇੱਕ ਦਮੜਾ 1 ਰੁਪਿਆ ਕੱਢ ਕੇ ਤੇ ਉਹਦੇ ਹੱਥ ਵਿੱਚ ਰੱਖ ਦਿੱਤਾ ਵੀ ਜਾ ਖਾ ਲੈ ਤੂੰ ਉਹ ਦੌੜ ਕੇ ਗਿਆ ਠਾਬੇ ਤੋਂ 8 ਾਂਨੇ ਦੇ ਉਹਨੇ ਪ੍ਰਸ਼ਾਦੇ ਲਏ ਉੱਪਰ ਉਸਨੇ ਸਬਜੀ ਦੇ ਦਿੱਤੀ ਬਾਬਾ ਬਲਵੰਤ ਸਿੰਘ ਜੀ ਤਾਂ ਦੇ ਕੇ ਤੇ ਚੱਲ ਪਏ ਉਹ ਫਕੀਰ ਪਿੱਛੇ ਦੌੜਦਾ ਹੋਇਆ ਆਵੇ ਤੇ ਬਾਬਾ ਬਲਵੰਤ ਸਿੰਘ ਜੀ ਦੇ ਸਾਹਮਣੇ ਆ ਕੇ ਨਾ ਤੇ 8 ਾਂਨੇ ਕਹਿੰਦਾ ਆਪਣੇ 8 ਾਂਨੇ ਵਾਪਸ ਰੱਖ ਲਵੋ ਜਿੰਨੀ ਮੈਨੂੰ ਰੋਟੀ ਚਾਹੀਦੀ ਸੀ ਮਿਲ ਗਈ ਏ ਇਹ ਬਾਕੀ ਪੈਸੇ ਤੁਸੀਂ ਰੱਖ ਲਵੋ ਮਸਕੀਨ ਜੀ ਕਹਿੰਦੇ ਨੇ ਵੀ ਰੱਖ ਲੈ ਕੱਲ ਫਿਰ ਖਾ ਲਮ ਤੂੰ ਰੱਖ ਲੈ ਤੂੰ ਕੱਲ ਫਿਰ ਖਾ ਲ ਕਹਿੰਦੇ ਉਸ ਫਕੀਰ ਨੇ ਥੋੜੇ ਜੇ ਕਰੋਧ ਵੀ ਜਾ ਕੇ ਰੋਟੀਆਂ ਵੀ ਬਾਬਾ ਬਲਵੰਤ ਸਿੰਘ ਦੇ ਹੱਥ ਵਿੱਚ ਰੱਖ ਦਿੱਤੀਆਂ ਆਠਾਣੇ ਵੀ ਰੱਖ ਦਿੱਤੇ ਕਹਿੰਦਾ ਕਿ ਆ ਕੱਲ ਖੁਦਾ ਮਰ ਜਾਏਗਾ ਜਿਨੇ ਅੱਜ ਦਿੱਤਾ ਉਹ ਮੈਨੂੰ ਕੱਲ ਵੀ ਦੇਵੇਗਾ ਜਿਨੇ ਅੱਜ ਦਿੱਤਾ ਹੈ ਨਾ ਉਹ ਕੱਲ ਵੀ ਦੇਵੇਗਾ ਬਾਬਾ ਬਲਵੰਤ ਸਿੰਘ ਜੀ ਮਸਕੀਨ ਸਾਹਿਬ ਕੰਨ ਨੇ ਉਸ ਜਗਾ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਰੋਂਦੇ ਹੋਇਆ ਆਏ ਅੱਖਾਂ ਦੇ ਵਿੱਚ ਹੰਝੂ ਕੰਨ ਨੇ ਇਤ ਬੜਾ ਰਮਜੀ ਬੰਦਾ ਹੈ ਮੈਂ ਇਤ ਸੋਚਿਆ ਸੀ ਕੋਈ ਮਾਮੂਲੀ ਜਾਂ ਫਕੀਰ ਹੈ ਪਰ ਇਤ ਬੜੀ ਚੋਟ ਕਰ ਗਿਆ ਜਿਤਨਾ ਵਿਸ਼ਵਾਸ ਇਹਦੇ ਕੋਲ ਹੈ ਇਤਨਾ ਵਿਸ਼ਵਾਸ ਤੇ ਅੱਜ ਮੇਰੇ ਕੋਲ ਵੀ ਨਹੀਂ ਹੈ ਰੋਂਦੇ ਹੋਇਆ ਇਹਨਾਂ ਉੱਥੋਂ ਤੱਕ ਸਾਡੇ ਅੰਦਰ ਵਿਸ਼ਵਾਸ ਨਹੀਂ ਹੈ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਸੋ ਕਰਤਾ ਚਿੰਤਾ ਕਰੇ ਜਿੰਨ ਉਪਾਇਾ ਜੱਗ ਜਿਸ ਨੇ ਸੰਸਾਰ ਬਣਾਇਆ ਰਿਜਕ ਦੀ ਚਿੰਤਾ ਤੇ ਉਸ ਪ੍ਰਮਾਤਮਾ ਨੂੰ ਹੈ ਅਸੀਂ ਫਿਰ ਵੀ ਹਰ ਵਕਤ ਮੰਗਦੇ ਹੀ ਪਿਆ ਬਸ ਹਰ ਵਕਤ ਤੇ ਫਿਰ ਸਾਡਾ ਮੰਗਣਾ ਵੀ ਕੀ ਹੈ ਇਹ ਤਨ ਦੇ ਦਿਓ ਤਨ ਸੁਖੀ ਰਵੇ ਪਰਿਵਾਰ ਸੁਖੀ ਰਵੇ ਜਾਇਦਾਦ ਮਿਲ ਜਾਏ ਗੱਡੀਆਂ ਮਿਲ ਜਾਣ ਮਾਨ ਸਨਮਾਨ ਹੋ ਜਾਏ ਬਸ ਇਹੀ ਕੁਛ ਅਸੀਂ ਮੰਗਣਾ ਤੇ ਕਬੀਰ ਸਾਹਿਬ ਤੇ ਕਹਿੰਦੇ ਨੇ ਇਹ ਦੇ ਵਿੱਚੋਂ ਕੋਈ ਵੀ ਵਸਤੂ ਤੇਰੇ ਨਾਲ ਨਹੀਂ ਜਾਣੀ ਕੋਈ ਕਬੀਰ ਕੋੜੀ-ਕੋੜੀ ਜੋੜ ਕੇ ਜੋੜੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਇਤੇ ਸਭ ਕੁਛ ਇੱਥੇ ਹੀ ਰਹਿ ਜਾਣਾ ਕੋਈ ਐਸੀ ਮੰਗ ਮੰਗ ਜਿਹੜੀ ਤੇਰੇ ਨਾਲ ਜਾਣੀ ਹੋਵੇ ਜੋ ਤੇਰੇ ਨਾਲ ਜਾਂਦਾ ਉਹ ਚੈਸਾ ਮੰਗ ਫਿਰ ਅਸੀਂ ਦੂਜੇ ਕਲੋਂ ਆਸ ਰੱਖਦੇ ਹਾਂ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆਂ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਮਹਾਰਤ ਕਹਿੰਦੇ ਨੇ ਜੇ ਇੱਕ ਸਤਿਗੁਰੂ ਨੂੰ ਛੋੜ ਕੇ ਕਿਸੇ ਦੂਜੇ ਪਾਸੋਂ ਤੂੰ ਮੰਗੇਗਾ ਨਾ ਤੇ ਤੇ ਸ਼ਰਮ ਨਾਲ ਮਰ ਜਾਣ ਵਾਲੀ ਗੱਲ ਹੈ ਸ਼ਰਮ ਦੇ ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਜੈਸੇ ਬਛਰਾ ਵਿਛਰ ਪਰੇ ਆਨ ਗਊ ਥਨ ਦੁੱਗਦ ਨਾ ਪਾਨ ਕਰੇ ਮਾਰਤ ਹੈ ਲਾਤ ਕੀ ਇੱਕ ਗਊ ਦਾ ਬੱਚਾ ਅਗਰ ਆਪਣੀ ਮਾਂ ਨੂੰ ਛੋੜ ਕੇ ਕਿਸੇ ਦੂਸਰੀ ਗਊਕੁੱਲ ਜਾ ਕੇ ਅਗਰ ਦੁੱਧ ਮੰਗੇਗਾ ਨਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨੂੰ ਲੱਤ ਹੀ ਪੈਣੀ ਹੈ ਦੁੱਧ ਨਹੀਂ ਮਿਲਣਾ ਹੈ ਜੇ ਆਪਣੀ ਮਾਂ ਨੂੰ ਛੋੜ ਕੇ ਦੂਜੇ ਕੋਲ ਮੰਗੇਗਾ ਤੇ ਅਸੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਫਿਰਦੇ ਹਾਂ ਸਾਡੇ ਅਰਦਾਸਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਕਰਦੇ ਨੇ ਬਈ ਜੋ ਮੰਗੇ ਠਾਕੁਰ ਆਪਣੇ ਤੇ ਤੇ ਬਾਹਰ ਨਿਕਲ ਕੇ ਕੋਈ ਇਸ ਡੇਰੇ ਕੋਈ ਇਸ ਡੇਰੇ ਕੋਈ ਸਾਧੂਆਂ ਕੋਲ ਕੋਈ ਪਖੰਡੀ ਬਾਬਿਆਂ ਦੇ ਕੋਲ ਪੰਡਤਾਂ ਦੇ ਕੋਲ ਜੋਤਸੀਆਂ ਦੇ ਕੋਲ ਮੜੀਆਂ ਤੇ ਮਸਾਣਾ ਤੇ ਪਤਨੀ ਕਿੱਥੇ ਕਿੱਥੇ ੱੱਕੇ ਖਾਂਦੇ ਫਿਰਦੇ ਨੇ ਫਿਰ ਬੜੀਆਂ ਸੁੰਦਰ ਪੰਕਤੀਆਂ ਨੇ ਇੱਕ ਵਿਦਵਾਨ ਦੀਆਂ ਉਹ ਕਹਿੰਦੇ ਏਕ ਹੀ ਦਰ पे ਸਜਦੇ ਮੇ ਝੁਕੇ ਸਰ ਤੋ ਸੁਕੂ ਮਿਲਤਾ ਹੈ ਏਕ ਹੀ ਦਰ पे ਸਜਦੇ ਮੇ ਝੁਕੇ ਸਰ ਤੋ ਸੁਕੂ ਮਿਲਤਾ ਹੈ ਡੂਬ ਜਾਤੇ ਹੈ ਵੋ ਲੋਗ ਜਿਨਕੇ ਹਜ਼ਾਰੋਂ ਖੁਦਾ ਹੋਤੇ ਹੈ ਜਿਨਾਂ ਦੇ ਕਈ ਕਈ ਰੱਬ ਹੁੰਦੇ ਨਾ ਜੋ ਥਾਂ ਥਾਂ ਤੇ ਮੰਗਦੇ ਫਿਰਦੇ ਹਨ ਜਿਨਾਂ ਦੀ ਹਾਲਤ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਉ ਡੋਲੇ ਨਹਿ ਸੁਧ ਰਾਮ ਭਜਨ ਕੀ ਐਸੀ ਅਵਸਥਾ ਜਿਨਾਂ ਉਹਨੇ ਡੋਬੀ ਜਾਣਾ ਹੈ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਇੱਕੋ ਹੀ ਪਰਮਾਤਮਾ ਕੋਲੋਂ ਮੰਗਣਾ ਹੈ ਇੱਕੋ ਹੀ ਦਾਤੇ ਕੋਲੋਂ ਮੰਗਣਾ ਹੈ ਜੋ ਸਰਬ ਕਲਾ ਸਮਰੱਥ ਹੈ ਜਿਨੇ ਸਭ ਕੁਝ ਦੇ ਦੇਣਾ ਹੈ ਕਦੀ ਤਿਲ ਮਾਤਰ ਵੀ ਉਹਨੇ ਤਮਾ ਨਹੀਂ ਰੱਖਣੀ ਵੀ ਬਦਲੇ ਵਿੱਚ ਮੈਨੂੰ ਕੁਝ ਮਿਲੇ ਹੁਣ ਮੰਗਣਾ ਕੀ ਹੈ ਗੁਰਨਾਨ ਦੇਵ ਸੱਚੇ ਪਾਤਸ਼ਾਹ ਜਿਸ ਵਕਤ ਮੱਕਾ ਮਦੀਨਾ ਦੀ ਯਾਤਰਾ ਤੇ ਗਏ ਨਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਹਾਜੀਆਂ ਵਾਲਾ ਉਹਨਾਂ ਨੇ ਵੇਸ ਬਣਾਇਆ ਸੀ ਭਾਈ ਗੁਰਦਾਸ ਜੀ ਨੇ ਇਸ ਦਾ ਵੀ ਜ਼ਿਕਰ ਕੀਤਾ ਹੈ ਉੱਥੇ ਜਦ ਕੁਝ ਫਕੀਰ ਮਿਲੇ ਨੇ ਤਾਂ ਉਹਨਾਂ ਅੱਖਾਂ ਵੀ ਇਹ ਲੱਗਦਾ ਤਾਂ ਕੋਈ ਫਕੀਰ ਹੈ ਪਰ ਇਹਦੇ ਕੋਲ ਫਕੀਰਾਂ ਵਾਲਾ ਪੂਰਾ ਸਮਾਨ ਨਹੀਂ ਹੈ ਚੋਲੀ ਹੈ ਡੰਡਾ ਵੀ ਹੈ ਹੱਥ ਵਿੱਚ ਚੋਲਾ ਵੀ ਪਾਇਆ ਹੋਇਆ ਪਰ ਇਹਦੇ ਕੋਲੋਂ ਮੰਗਣ ਵਾਸਤੇ ਕੋਈ ਪਾਂਡਾ ਨਹੀਂ ਹੈ ਇਹ ਮੰਗਦਾ ਕਿਤੇ ਵਿੱਚ ਹੋਵੇਗਾ ਆਮ ਤੁਸੀਂ ਫਕੀਰਾਂ ਨੂੰ ਮੰਗਤਿਆਂ ਨੂੰ ਦੇਖਿਆ ਹੋਣਾ ਹੈ ਪਾਂਡਾ ਉਹਨਾਂ ਦੇ ਕੋਲ ਜ਼ਰੂਰ ਹੁੰਦਾ ਹੈ ਮੰਗਣ ਵਾਸਤੇ ਤੇ ਗੁਰਨਾਨੂ ਸੱਚੇ ਪਾਤਸ਼ਾਹ ਨੂੰ ਪੁੱਛ ਲਿਆ ਵੀ ਕੀ ਤੁਸੀਂ ਮੰਗਦੇ ਨਹੀਂ ਹੋ ਕਦੀ ਮਹਾਰਾਜ ਕਹਿੰਦੇ ਨੇ ਮੈਂ ਮੰਗਦਾ ਹਾਂ ਕਿਤੇ ਵਿੱਚ ਮੰਗਦੇ ਹੋ ਤੁਹਾਡੇ ਕੋਲ ਕੋਈ ਪਾਂਡਾ ਨਹੀਂ ਹੈ ਮਹਾਰਾਜ ਕਹਿੰਦੇ ਨੇ ਮੇਰੇ ਕੋਲ ਪਾਂਡਾ ਵੀ ਹੈ ਮੈਂ ਮੰਗਦਾ ਵੀ ਹਾਂ ਤੁਸੀਂ ਕਿਸੇ ਵਕਤ ਭੁੱਖ ਲੱਗਦੀ ਏ ਤੇ ਮੰਗਦੇ ਹੋ ਮੈਂ 24 ਘੰਟੇ ਮੰਗਦਾ ਰਹਿਣਾ 24 ਘੰਟੇ ਉਹਨਾਂ ਫਕੀਰਾਂ ਨੇ ਹੈਰਾਨ ਹੋ ਕੇ ਪੁੱਛਿਆ ਵੀ ਕਿਹੜਾ ਪਾਂਡਾ ਹੈ ਤੁਹਾਡੇ ਕੋਲ ਸਾਨੂੰ ਤੇ ਕੁਝ ਦਿਖਾਈ ਨਹੀਂ ਦਿੰਦਾ ਪਿਆ ਗੁਰਨਾਥ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ ਤੇ ਮਹਾਰਾਜ ਦੱਸਦੇ ਨੇ ਬੜੇ ਧਿਆਨ ਨਾਲ ਤੁਸੀਂ ਸੁਣਨਾ ਸਤਿਗੁਰ ਜੋ ਮੰਗਣ ਦੀ ਜਾਂਚ ਸਾਨੂੰ ਸਿਖਾਉਂਦੇ ਪੈ ਨੇ ਮਹਾਰਾਜ ਕਹਿੰਦੇ ਨੇ ਮੈਂ ਮੰਗਦਾ ਹਾਂ ਕੀ ਮੰਗਦੇ ਹੋ ਔਰ ਕਿਦੇ ਵਿੱਚ ਮੰਗਦੇ ਹੋ ਮਹਾਰਾਜ ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੁਖ ਮੈਂ ਦਰ ਮੰਗੋ ਨੀਤਾ ਨੀਤ ਮੈਂ ਹੱਥਾਂ ਦਾ ਕਾਸਾ ਕਰ ਸਕਦੇ ਨੇ ਪਾਂਡੇ ਨੇ ਦੋਨੋ ਹੱਥਾਂ ਦਾ ਪਾਂਡਾ ਬਣਾ ਕੇ 24 ਘੰਟੇ ਹਰ ਪਲ ਹਰ ਕੜੀ ਮੈਂ ਉਸ ਪ੍ਰਮਾਤਮਾ ਕੋਲੋਂ ਖੁਦਾ ਕੋਲੋਂ ਉਹਦੇ ਦਰਸ਼ਨ ਮੰਗਦਾ ਪਿਆ ਮੈਂ ਹਰ ਵਕਤ ਹਮ ਪੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਇਹ ਸਾਡੀ ਮੰਗ ਹੋਣੀ ਚਾਹੀਦੀ ਅਸੀਂ ਮੰਗੇ ਬਿਨਾ ਰਹਿ ਤ ਨਹੀਂ ਸਕਦੇ ਹ ਪਰ ਮੰਗਣਾ ਕੀ ਹੈ ਮੰਗਣਾ ਮੰਗਨ ਨਿਕ ਹਰ ਜਸ ਗੁਰ ਤੇ ਮੰਗਣਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਜੇ ਤੇਰੇ ਦਰਸ਼ਨਾਂ ਦੀ ਸਾਨੂੰ ਦਾਤ ਪ੍ਰਾਪਤ ਹੋ ਜਾਏ ਤ ਸਾਰੀਏ ਮੰਗਾ ਨਿਵਰਤ ਹੋ ਜਾਂਦੀਆਂ ਨੇ ਭਾਈ ਸਾਹਿਬ ਪਇ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਜਦ ਪਹੁੰਚੇ ਸਨ ਨਾ ਤਾਂ ਮਹਾਰਾਜ ਨੇ ਆਖਿਆ ਵੀ ਨੰਦ ਲਾਲ ਅੱਜ ਸਾਡਾ ਜੀ ਕਰਦਾ ਹੈ ਕਿ ਕੁਛ ਮੰਗ ਲੈ ਤੂੰ ਦੇਖੋ ਕਿਤਨਾ ਸੁਹਾਵਣਾ ਸਮਾ ਉਹ ਕਿਤਨਾ ਰਮਣੀਕ ਸਮਾ ਹੋਣਾ ਜਦੋਂ ਗੁਰੂ ਸਿੱਖ ਨੂੰ ਕਹੇ ਵੀ ਤੂੰ ਮੰਗ ਲੈ ਅਸੀਂ ਮੰਗਨੇ ਆ ਤੇ ਗੁਰੂ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕਿਉਂਕਿ ਸਾਡੀ ਮੰਗ ਜਿਹੜੀ ਹੈ ਨਾ ਉਹ ਦੁੱਖਾਂ ਵਾਸਤੇ ਹੈ ਮਹਾਰਾਜ ਸਾਨੂੰ ਦੇਣਾ ਚਾਹੁੰਦੇ ਨੇ ਸੁੱਖ ਉਹ ਸੁੱਖ ਅਸੀਂ ਮੰਗਦੇ ਨਹੀਂ ਆ ਹਰ ਵਕਤ ਦੁਨਿਆਵੀ ਪਦਾਰਥ ਅਸੀਂ ਮੰਗਣੇ ਨੇ ਕਸਾ ਜੀਵਨ ਭਾਈ ਨੰਦ ਲਾਲ ਨੇ ਪੇਸ਼ ਕੀਤਾ ਹੋਣਾ ਕਿ ਗੁਰੂ ਨੂੰ ਕਹਿਣਾ ਪਿਆ ਵੀ ਨੰਦ ਲਾਲ ਤੋਂ ਕੁਝ ਮੰਗ ਲੈ ਤੇ ਇਹਦਾ ਮਤਲਬ ਇਹੀ ਹੈ ਨਾ ਵੀ ਸਾਡਾ ਜੇ ਉਹ ਜੀਵਨ ਨਹੀਂ ਬਣਿਆ ਕਿ ਗੁਰੂ ਕਹੇ ਵਿੱਲੈ ਕੁਛ ਲੈ ਲੈ ਤੂੰ ਅਸੀਂ ਦੁੱਧ ਲੈਣ ਜਾਈਏ ਨਾ ਤੇ ਦੋਦੀ ਪਤਾ ਕੀ ਆਖਦਾ ਤੁਹਾਡਾ ਪਾਂਡਾ ਗੰਦਾ ਹੈ ਇਹਨੂੰ ਧੋ ਕੇ ਲਿਆਓ ਫਿਰ ਇਹਦੇ ਵਿੱਚ ਦੁੱਧ ਪਾਵਾਂਗੇ ਕਿਧਰੇ ਨਾ ਕਿਧਰੇ ਸਾਡੇ ਪਾਂਡੇ ਦੇ ਵਿੱਚ ਕਮੀ ਹੈ ਜੋ ਗੁਰੂ ਸਾਡੀ ਦਾ ਚੋਲੀ ਦੇ ਵਿੱਚ ਦਾਤ ਨਹੀਂ ਪਾਉਂਦਾ ਹੈ ਮੰਗਦੇ ਤਾਂ ਅਸੀਂ ਬਹੁਤਾਂ ਕਿਧਰੇ ਸਾਡਾ ਪਾਂਡਾ ਬਣ ਜਾਵੇ ਪਾਇ ਨੰਦ ਲਾਲ ਜੀ ਨੇ ਹੱਥ ਜੋੜੇ ਕਹਿੰਦੇ ਮਹਾਰਾਜ ਜਿਸ ਵਕਤ ਮੈਂ ਤੁਹਾਡੇ ਘਰ ਆਇਆ ਸਨ ਤੋ ਅੰਦਰ ਬੇੜੇ ਬੜੀਆਂ ਮੰਗਾਂ ਸਨ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਅਗਰ ਟੁੱਟੇ ਨਾ ਤੋ ਮੈਂ ਇਹ ਮੰਗ ਲਵਾਗਾ ਉਹ ਮੰਗਾਗਾ ਫਲਾਣਾ ਮੰਗਾਗਾ ਕਈ ਮੰਗਾਂ ਅੰਦਰ ਮੇਰੇ ਚਲਦੀਆਂ ਰਾਂਦੀਆਂ ਸਨ ਪਰ ਮਹਾਰਾਜ ਜਦੋਂ ਤੁਹਾਡੇ ਦਰਸ਼ਨ ਕੀਤੇ ਨਾ ਉਹ ਜਿਤਨੇ ਵੀ ਮੰਗਾਂ ਸਨ ਉਹ ਸਾਰੀਆਂ ਹੀ ਸਮਾਪਤ ਹੋ ਗਈਆਂ ਜਿਤਨੀਆਂ ਹੀ ਮੰਗਾਂ ਸੀ ਮਹਾਰਦੀ ਬਾਣੀ ਵੀ ਕਹਿੰਦੀ ਹੈ ਕਿ ਪ੍ਰਭ ਦੇਖਦਿਆਂ ਦੁੱਖ ਪੋਖ ਗਈ ਟਾਡੀ ਕੋ ਮੰਗਣ ਚੇਤ ਨਾ ਆਵੇ ਜਦੋਂ ਗੁਰੂ ਪਰਮਾਤਮਾ ਦੇ ਦਰਸ਼ਨ ਹੋ ਜਾਣ ਤੂੰ ਫਿਰ ਸਭ ਕੁਝ ਭੁੱਲ ਜਾਂਦਾ ਹੈ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਭ ਚਲੀਆਂ ਜਾਂਦੀਆਂ ਨੇ ਮਹਾਰਾਜ ਹੁਣ ਤਾਂ ਕੋਈ ਮੰਗਣ ਦੀ ਇੱਛਾ ਹੀ ਨਹੀਂ ਹੈ ਸਤਿਗੁਰੂ ਕਹਿੰਦ ਨੇ ਨਹੀਂ ਨੰਦ ਲਾਲ ਸਾਡਾ ਜੀ ਕਰਦਾ ਵੀ ਕੁਝ ਮੰਗ ਤੋ ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦ ਨੇ ਮਹਾਰਾਜ ਜੇ ਤੁਸੀਂ ਕਹਿ ਰਹੇ ਹੋ ਤਾਂ ਫਿਰ ਮੈਂ ਮੰਗ ਲੈਣਾ ਮੈਂ ਤੋ ਕੀ ਮੰਗਣੈ ਤੂੰ ਭਾਈ ਸਾਹਿਬ ਪਇਨੰਦ ਲਾਲ ਜੀ ਜੋ ਮੰਗਦੇ ਪੈਨੇ ਬੜੇ ਧਿਆਨ ਨਾਲ ਸੁਣਨਾ ਔਰ ਆਪਣੀ ਇਸ ਮੰਗ ਨੂੰ ਗੁਰੂ ਦੇ ਅੱਗੇ ਜ਼ਰੂਰ ਰੱਖਣਾ ਔਰ ਆਪਣੀਆਂ ਮੰਗਾਂ ਦੇ ਵਿੱਚ ਇਸ ਮੰਗ ਨੂੰ ਜ਼ਰੂਰ ਸ਼ਾਮਲ ਕਰਨਾ ਠੀਕ ਹੈ ਸੰਸਾਰ ਦੇ ਪਦਾਰਥ ਵੀ ਚਾਹੀਦੇ ਪਰ ਜੇ ਪਰਮੇਸ਼ਰ ਦਾ ਨਾਮ ਨਹੀਂ ਹੈ ਤਾਂ ਫਿਰ ਕੁਝ ਵੀ ਨਹੀਂ ਹੈ ਭਾਈ ਸਾਹਿਬ ਪਇਨੰਦ ਲਾਲ ਜੀ ਕਹਿੰਦੇ ਨੇ ਮਹਾਰਾਜ ਜੀ ਤੁੱਟੇ ਹੋ ਨਾ ਤੁਹੇ ਦਾਤ ਮਰੀ ਚੋਲੀ ਵਿੱਚ ਪਾਓ ਕੀ ਦੀਦੇ ਅਮਰਾ ਲज्जਤੇ ਦੀਦਾਰ ਬਖਸ਼ ਸੀਨਾ ਅਮਰਾ ਮਗਜਨੇ ਇਸਰਾਰ ਬਖਸ਼ ਈਦਲੇ ਬਿਰਿਆਮ ਮਹਾਰਾ ਸ਼ੌਕ ਦੇ ਦਰ ਗਲੂਯਮ ਬੰਦਗੀ ਰਾ ਤੌਕ ਦੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਮਾਰਗ ਜੇ ਟੁੱਟੇ ਹੋ ਨਾ ਤੋ ਇਨ ਅੱਖਾਂ ਨੂੰ ਐਸੀ ਦਾਤ ਬਖਸ਼ੋ ਕਿ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਸਕਾਂ ਮੈਂ ਤੋ ਕੋਲ ਖੜੇ ਸਨ ਕੋਈ ਸਿੱਖ ਕਹਿੰਦੇ ਨੇ ਨੰਦ ਲਾਲ ਕਿਉਂ ਝੂਠ ਬੋਲਦਾ ਪਿਆ ਸਵੇਰੇ ਸ਼ਾਮ ਗੁਰੂ ਦੇ ਦਰਸ਼ਨ ਕਰਨਾ ਹੈ ਗੁਰੂ ਤੈਨੂੰ ਪਿਆਰ ਵੀ ਕਰਦੇ ਨੇ ਇਹ ਸਰੇ ਆਮ ਤੂੰ ਝੂਠ ਬੋਲਦਾ ਪਿਆ ਕਿ ਇਨ ਅੱਖਾਂ ਨੂੰ ਗੁਰੂ ਕੇ ਦਰਸ਼ਨ ਹੋ ਜਾਣ ਕਿ ਅੱਖਾਂ ਖਰਾਬ ਹੋ ਗਈਆਂ ਨੇ ਤੇਰੀਆਂ ਭਾਈ ਸਾਹਿਬ ਪਈ ਨੰਦ ਲਾਲ ਜੀ ਕਹਿੰਦੇ ਨੇ ਮੇਰੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਨੂੰ ਸਿਰਫ ਬਾਹਰੋਂ ਵੇਖਦੀਆਂ ਨੇ ਸਤਿਗੁਰ ਦਾ ਮੁਖੜਾ ਦੇਖਦੀਆਂ ਨੇ ਦਸਤਾਰ ਦੇਖਦਾ ਕਲਗੀ ਦੇਖਦਾ ਹੱਥ ਦੇ ਉੱਤੇ ਬਾਜ ਬੈਠਾ ਹੈ ਕਿਰਪਾਨ ਦੇਖਦਾ ਸੁੰਦਰ ਵਸਤਰ ਦੇਖਣਾ ਵਾ ਮਹਾਰਾਜ ਦੇ ਚਰਨ ਵੀ ਦੇਖ ਲੈਣਾ ਪਰ ਅੰਦਰੋਂ ਗੁਰੂ ਗੋਬਿੰਦ ਸਿੰਘ ਕੀ ਨੇ ਇਹ ਨੰਦ ਲਾਲ ਨੂੰ ਦਰਸ਼ਨ ਹੋ ਜਾਣ ਕਰ। ਅਸੀਂ ਗੁਰੂ ਗਰੰਥ ਸਾਹਿਬ ਨੂੰ ਸਿਰਫ ਬਾਹਰੋਂ ਹੀ ਵੇਖਿਆ ਬਸ। ਕਿਦਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਜਾਣ ਤਾਂ ਪਤਾ ਸਤਿਗੁਰ ਕੀ ਕਹਿੰਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਜੇ ਕਿਦਰੇ ਸਾਨੂੰ ਦਰਸ਼ਨ ਹੋ ਜਾਣ ਤਾਂ ਬਾਣੀ ਦੇ ਦਰਸ਼ਨ ਨਿਰੰਕਾਰ ਦੇ ਦਰਸ਼ਨ ਹੈ ਪਰ ਅਸੀਂ ਤਾਂ ਸਿਰ ਬਾਰੋਂ ਦਰਸ਼ਨ ਕਰਨੇ ਆ ਨਾ ਭਾਈ ਸਾਹਿਬ ਕਹਿੰਦੇ ਨੇ ਇਹਨਾਂ ਅੱਖਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣ ਇਸ ਸੀਨੇ ਦੇ ਵਿੱਚ ਤੇਰੇ ਨਾਮ ਦੀ ਭੁੱਖ ਲੱਗ ਜਾਵੇ ਜੇ ਮੈਂ ਸਾਰੀ ਵਿਆਖਿਆ ਕਰਾਂ ਤਾਂ ਬਹੁਤ ਸਮਾਂ ਚਾਹੀਦਾ ਆਵੇ ਤੇ ਮਹਾਰਾਜ ਕਹਿੰਦੇ ਨੇ ਹੋਰ ਵੀ ਕੁਝ ਮੰਗਣਾ ਈ ਤਾਂ ਭਾਈ ਸਾਹਿਬ ਕਹਿੰਦੇ ਨੇ ਹਾਂ ਮੈਂ ਹੋਰ ਵੀ ਕੁਝ ਮੰਗਣਾ ਹੈ ਤਾਂ ਕੀ ਮੰਗਣਾ ਈ ਬਾਈ ਸਾਹਿਬ ਕੰਨ ਨੀ ਹਿਰ ਮਾਰਾ ਆਰਜ਼ੂਏ ਵਸਲ ਬਖਸ਼ ਈ ਖਜਾਨੇ ਚਸ਼ਮ ਮਾਰਾ ਫਜ਼ਲ ਬਖਸ਼ ਹਰ ਸਰੇ ਮੂਯਮ ਜ਼ੁਬਾਂ ਕੁਲ ਅਜ ਕਰਮ ਤਾਂ ਬਗੋਏ ਦਹਸ ਬਹਕਰਾ ਦੰਬਾ ਦੰਮ ਤੇਰੇ ਗੁਣ ਗਾ ਸਕਾਂ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਜ਼ੁਬਾਨ ਨੂੰ ਇਤਨੀ ਤਾਕਤ ਬਖਸ਼ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਤਰੋ ਕੇ ਪਿਆਰ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ ਨਾ ਬੰਦਗੀ ਤੋਂ ਬਿਨਾਂ ਅਸੀਂ ਮਨੁੱਖ ਨਹੀਂ ਕਹਾ ਸਕਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਹਮ ਪੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਮੰਗਤ ਦੇਹੋ ਜਨ ਕੋ ਸਦਾ ਰਹੋ ਰੰਗਰਾਤਾ ਮੇਰੇ ਵੀਰ ਤਲਵਿੰਦਰ ਸਿੰਘ ਜੀ ਔਰ ਵੀਰ ਜਤਿੰਦਰ ਸਿੰਘ ਜੀ ਔਰ ਵੀਰ ਜਸਵੀਰ ਸਿੰਘ ਜੀ ਵੱਲੋਂ ਬੇਨਤੀ ਆਈਏ ਕਿ ਉਹਨਾਂ ਦੇ ਮਾਤਾ ਜੀ ਬਹੁਤ ਨਿਸ ਕਰ ਰਹੇ ਹਨ ਬਹੁਤ ਯਾਦ ਕਰ ਰਹੇ ਹਨ ਸੰਗਤਾਂ ਨੂੰ ਆਨਲਾਈਨ ਸਮਾਗਮ ਦੇ ਉਹ ਦਰਸ਼ਨ ਕਰ ਰਹੇ ਹਨ ਉਹਨਾਂ ਸਾਰੇ ਵੀਰਾਂ ਵੱਲੋਂ ਔਰ ਮਾਤਾ ਜੀ ਵੱਲੋਂ ਆਪ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਨਾਲ ਹੀ ਦਾਸ ਨੂੰ ਵੀ ਛੁੱਟੀਆਂ ਬਖਸ਼ੋ ਬਹੁਤ ਸਾਰੇ ਰਾਗੀ ਪ੍ਰਚਾਰਕ ਗਿਆਨੀ ਜੋਗਿੰਦਰ ਸਿੰਘ ਜੀ ਆਜ਼ਾਦ ਸਾਹਿਬ ਮੀਰਾ ਕੋੜ ਦੀ ਗੋਹਰ ਜੀ ਹੋਰ ਰਾਗੀ ਜਿਹੜੇ ਨਹੀਂ ਪਹੁੰਚ ਸਕੇ ਹਰ ਸਾਲ ਪਹੁੰਚਦੇ ਸਨ ਉਹ ਬਹੁਤ ਹੀ ਇਸ ਸਥਾਨ ਨੂੰ ਯਾਦ ਕਰ ਰਹੇ ਹਨ ਤੇ ਆਪਣੀ ਆਪਣੀ ਸਾਰਿਆਂ ਨੇ ਫਤੇ ਭੇਜੀ ਹੈ ਦਾਸ ਦੀ ਰਸਨਾ ਤੋਂ ਆਪ ਸਾਰਿਆਂ ਦੀ ਫਤੇ ਪ੍ਰਵਾਨ ਕਰੋ ਤੇ ਛੁੱਟੀਆਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ